ਮੈਂ ਨਟਵਰ ਲਾਲ ਪੇਸ਼ ਕਰਦਾ ਹਾਂ U4 ਨਿਊਜ਼ ਤੋਂ ਪੰਜਾਬੀ ਖਬਰਾਂ। ਗੰਨੇ ਦੀ ਅਦਾਇਗੀ ਨੂੰ ਲੈ ਕੇ ਅੱਜ ਗੁਰਦਾਸਪੁਰ ਦੀ ਨਹਿਰੂ ਪਾਰਕ ਗੁਰਦਾਸਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, MLA ਬਿਕਰਮਜੀਤ ਸਿੰਘ ਮਜੀਠੀਆ ਅਤੇ MLA ਬਲਵੀਰ ਸਿੰਘ ਲੋਧੀ ਨੰਗਲ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਸਾਬਕਾ MLA ਸਰਦਾਰ ਗੁਰਵਚਨ ਸਿੰਘ ਬੱਬੇਹਾਲੀ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਬਹੁਤ ਹੀ ਇੰਪੋਰਟੈਂਟ ਮੁੱਦੇ ਕਰਕੇ ਤੁਹਾਡੇ ਚਰਚਾ ਚ ਹਾਜ਼ਰ ਉੱਥੇ ਬੜੀ ਬੜੀ ਕਿੱਥੇ ਖੜੀ ਆ ਭਗਵਾਨ ਦਾ ਸਲਾਮ ਦੇ ਰਿਹਾ ਸਰਕਾਰ ਚ ਵੀ ਸਾਥੀਆਂ ਦੇ ਸਵੇਰ ਬਹੁਤ ਵੱਡਾ ਕੰਮ ਆ ਲੈ ਗਿਆ ਹੈ ਜੇ ਸਰਕਾਰ ਚ ਵੀ ਇੱਥੇ ਹੋਣ ਬੜੀ ਬੜੀ ਅੱਛਾ ਜੇ ਹੋ ਜਾਏ ਇਹਨਾਂ ਦੇ ਉਹ ਬੜੀ ਬੜੀ ਮੀਟਿੰਗ ਕਰਾਈ ਸੀ ਜਦੋਂ ਹਿੰਦੁਸਤਾਨ ਦਾ ਕਾਰਡ ਕਾਇਮ ਕਰਤਾ ਕਿਸੇ ਸੂਬੇ ਦੀ ਸਰਕਾਰ ਨੇ 550 ਰੁਪਈਏ ਬੋਨਸ ਦੇਣ ਦਾ ਕੰਮ ਨਹੀਂ ਕੀਤਾ 295 ਰੁਪਈਏ ਨੇ ਪਿਛਲੇ ਸਾਲ 600 ਕਰੋੜ ਰੁਪਈਆ ਕਿਸਾਨਾਂ ਨੂੰ ਦੇਣ ਦਾ ਕੰਮ ਕੀਤਾ ਤੇ ਮੌਜੂਦਾ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਤੱਕ ਅੱਜ ਸਰਕਾਰੀ ਬਿੱਲਾਂ ਜਾਣ ਕੇ ਫਲੋ ਚੱਲ ਰਹੀ ਹੈ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਕੀਤਾ ਸੀ ਹਰ ਪਿੰਡ ਜਾ ਕੇ ਧਰਨਾ ਦੇਵਾਂਗੇ ਉਹਨੂੰ ਤਾਂ ਚੁਣਾਈ ਲੜ ਕੇ ਅਸੀਂ ਉਹਦਾ ਤੁਹਾਡਾ ਪੈਸਾ ਤੁਹਾਨੂੰ ਵਾਪਸ ਨਹੀਂ ਆਉਂਦਾ ਤੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅਫਸਰ ਕਰਦੇ ਜਿਵੇਂ ਦੂਜੇ ਸੂਬਿਆਂ ਵਾਂਗੂ ਜਿਵੇਂ ਹਰਿਆਣੇ ਵਿੱਚ 325 ਰੁਪਏ ਪਾਇਆ ਯੂਪੀ ਵਿੱਚ 335 ਰੁਪਏ ਪਾਇਆ ਪੰਜਾਬ ਦੇ ਕਿਸਾਨ ਨੂੰ ਘੱਟ ਘੱਟ 350 ਮਿਲਣਾ ਚਾਹੀਦਾ ਔਰ ਸਾਡੀ ਮੰਗ ਹੈ ਕਿ ਅਸੀਂ ਸਾਰੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੇ ਕੰਮ ਕਰਨਾ ਆਪਾਂ ਕਿਸਾਨ ਦੀ ਲੜਾਈ ਲੜਨੀ ਹੈ ਤੇ ਜਦੋਂ ਤੱਕ ਆਪਣੇ ਕਿਸਾਨ ਭਰਾਵਾਂ ਦੀ ਗੱਲ ਨਹੀਂ ਆਉਂਦੀ ਆਪਾਂ ਸੰਘਰਸ਼ ਕਰਦੇ ਰਹਾਂਗੇ ਤੁਹਾਡਾ ਸਾਰਿਆਂ ਦਾ